ਤੁਸੀਂ ਦੇਖ ਰਹੇ ਹੋ ਸਹਿਜ ਨਿਊਜ਼ ਚੈਨਲ। ਨਵੀਆਂ ਤੇ ਤਾਜ਼ਾ ਖਬਰਾਂ ਲਈ ਸਬਸਕ੍ਰਾਈਬ ਕਰੋ। ਲਾਈਵ ਕਵਰੇਜ ਲਈ ਸੰਪਰਕ ਕਰੋ। ਥਾਣਾ ਮੁਖੀ ਗੁਰਾਇਆ ਕੇਵਲ ਸਿੰਘ ਵੱਲੋਂ ਨਸ਼ਿਆਂ ਖਿਲਾਫ਼ ਚਲਾਈ ਗਈ ਮੁਹਿੰਮ ਦੇ ਤਹਿਤ ਥਾਣਾ ਗੁਰਾਇਆ ਦੇ ASI ਓਮ ਪ੍ਰਕਾਸ਼ ਵੱਲੋਂ ਗੁਪਤ ਸੂਚਨਾ ਦੇ ਆਧਾਰ ਤੇ ਡੱਲੇਵਾਲ ਫਾਟਕ ਨਜ਼ਦੀਕ ਇੱਕ ਵਿਅਕਤੀ ਨੂੰ 55 ਬੋਤਲਾਂ ਨਜਾਇਜ਼ ਸ਼ਰਾਬ ਸਮੇਤ ਗ੍ਰਿਫ਼ਤਾਰ ਕੀਤਾ ਹੈ, ਜਿਸ ਦੀ ਪਹਿਚਾਣ ਸੁਖਵਿੰਦਰ ਸਿੰਘ ਪੁੱਤਰ ਗੁਰਨਾਮ ਸਿੰਘ ਵਾਸੀ ਬੁਰਜ ਹਸਨ ਥਾਣਾ ਬਿਲਗਾ ਵਜੋਂ ਹੋਈ ਹੈ, ਜਿਸ ਦੇ ਖਿਲਾਫ਼ ਮਾਮਲਾ ਦਰਜ ਕਰਕੇ ਅਗਲੀ ਕਾਰਵਾਈ ਅਮਲ ਵਿੱਚ ਲਿਆਂਦੀ ਗਈ। ਕੱਲ੍ਹ ਜਿਹੜਾ ਮਾਨੀ ASI ਅਤੇ ਸਮੇਤ ਸਾਥੀ ਕਰਮਚਾਰੀਆਂ ਦੇ ਨਾਕੇ 'ਤੇ ਖੜ੍ਹੇ ਸੀ, ਜਿੱਥੇ ਮੁਖਬਰ ਨੇ ਤਲਾਹ ਦਿੱਤੀ ਹੈ। ਇੱਕ ਦੋ ਜੀ ਜਿਹੜਾ ਤਨਹਿਰਾ ਪੁਲ ਦੇ ਲਾਗੇ ਜਿਹੜਾ ਨਹਿਰ ਦੇ ਉੱਤੇ ਇਕੱਠੇ ਹੱਥ ਦੇ ਜਿਹੜਾ ਪਲਾਸਟਿਕ ਦੀ ਕੈਨੀ ਨਜਾਇਜ਼ ਸ਼ਰਾਬ ਰੱਖ ਕੇ ਜਿਹੜਾ ਇਹ ਗਾਹਕ ਜਿਹੜੀ ਕਰ ਰਿਹਾ, ਇਹ ਮੁਖਬਰ ਦੀ ਤਲਾਹ 'ਤੇ ਉੱਥੇ ਰੇਡ ਕੀਤਾ ਤਾਂ ਇਹ ਦੋਸ਼ੀ ਸੁਖਵਿੰਦਰ ਸਿੰਘ ਥਾਣਾ ਗੁਰਨਾਮ ਸਿੰਘ ਵਾਸੀ ਬੁਰਜ ਹਸਨ ਥਾਣਾ ਬਿਲਗਾ ਜ਼ਿਲ੍ਹਾ ਜਲੰਧਰ ਨੂੰ ਕਾਬੂ ਕੀਤਾ ਅਤੇ ਇਹਦੇ ਪਰ ਕੈਨ ਪਲਾਸਟਿਕ ਦੀ ਤਲਾਸ਼ੀ ਕਰਨ 'ਤੇ ਉਸ ਵਿੱਚੋਂ 55 ਬੋਤਲਾਂ ਸ਼ਰਾਬ ਨਜਾਇਜ਼ ਬਰਾਮਦ ਕੀਤੀ ਅਤੇ ਦੋਸ਼ੀ ਦੇ ਖਿਲਾਫ਼ ਮੁਕੱਦਮਾ ਦਰਜ ਕਰਕੇ ਪੇਸ਼ ਅਦਾਲਤ ਕਰਕੇ ਦੋਸ਼ੀ ਨੂੰ ਜੇਲ੍ਹ ਬੰਦ ਕਰਾਇਆ ਗਿਆ। ਇੱਥੇ ਪਹਿਲਾਂ ਵੀ ਕੋਈ ਸਰ ਪਰਚਾ ਦਰਜ ਹੈ? ਨਹੀਂ, ਪਹਿਲਾਂ ਨਹੀਂ ਹੈ ਕੋਈ, ਇਹੀ ਹੈ ਪਰਚਾ। ਅਤੇ ਕਿੱਥੇ ਵੇਚਣੀ ਸੀ ਇਹ ਸ਼ਰਾਬ? ਇਹ ਸ਼ਰਾਬ ਲੋਕ ਉੱਥੇ ਕਿਸੇ ਨੂੰ ਦੇਣ ਆਏ ਸੀ ਅਤੇ ਉੱਥੇ ਲੀਕ ਕਰ ਰਿਹਾ ਸੀ ਸ਼ਰਾਬ ਦੇ ਵੇਚਣ। ਕਿੰਨੇ ਜਾਣੇ ਸੀਗੇ ਜੀ? ਇਹ ਇਕੱਲਾ ਸੀ ਜੀ।